ਰੰਗਲਾ ਪੰਜਾਬ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਤੁਸੀਂ ਦੇਖੋ ਡੈਫੀਨੇਟਲੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਪੰਜਾਬ ਦੀਆਂ ਕੁਛ ਮਹਿਲਾਵਾਂ, ਇਹ ਤੁਹਾਨੂੰ ਜਾਣੂ ਵੀ ਕਰਾਵਾਂ ਕੌਣ ਮਹਿਲਾਵਾਂ ਦੀ। ਅੱਜ ਸਰਦਾਰ ਭਗਵੰਤ ਸਿੰਘ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਰੱਖੜੀ ਬੰਨ ਕੇ ਤਸਵੀਰ ਤੁਹਾਨੂੰ ਸਾਹਮਣੇ ਦਿਖਾ ਰਹੇ ਹਾਂ, ਇਹ ਰੱਖੜੀ ਬੰਨ੍ਹੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਨੂੰ ਰੱਖੜੀ ਬੰਨ੍ਹ ਕੇ ਕੁਛ ਵੱਡਾ ਸੰਦੇਸ਼ਾ ਦੇਣ ਜਾ ਰਹੀਆਂ। ਇਹ ਉਹ ਮਹਿਲਾ ਜਿਹੜੀਆਂ HIV ਅਤੇ ਏਡਸ ਕੰਟਰੋਲ ਲੜੀ, ਏਡਸ ਦੇ ਰੋਕਥਾਮ ਵਾਸਤੇ ਇਹ ਸਾਰੀਆਂ ਵਰਕਰਸ ਹੈ, ਵੀ ਹੈਲਥ ਡਿਪਾਰਟਮੈਂਟ ਦੇ ਵਰਕਰ ਹੈ ਜਿਹੜੇ ਕਾਫੀ ਸਾਲਾਂ ਤੋਂ, ਤਕਰੀਬਨ 20 ਸਾਲਾਂ ਤੋਂ ਸਰਕਾਰੀ ਹਸਪਤਾਲ ਦੇ ਵਿੱਚ ਨਿਰਵਿਘਨ ਆਪਣੀਆਂ ਸਰਵਿਸ ਦਿੰਦੀ। ਬੇਸ਼ੱਕ ਜਿੰਨੀਆਂ ਮਰਜ਼ੀ ਹੜਤਾਲਾਂ ਹੋਣ, ਲੇਕਿਨ ਇਹ ਜਿਹੜੀਆਂ ਮਹਿਲਾਵਾਂ ਹੈ ਇਹ ਆਪਣੀਆਂ ਜਿਹੜੀਆਂ ਸਰਵਿਸ ਹੈ ਉਹ ਦਿਨ ਰਾਤ ਦਿੰਦੀਆਂ, ਤਾਂ ਕਿ ਕਿਸੇ ਵੀ ਉਸ ਮਰੀਜ਼ ਨੂੰ HIV ਪ੍ਰੋਬਲਮ ਹੈ ਤਾਂ ਉਹਨੂੰ ਇੱਦਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਬਗੈਰ ਉਸਦੀ ਦਵਾਈ ਦਾ ਔਰ ਉਹਦਾ ਰੋਕਥਾਮ ਵਾਸਤੇ ਉਹਦੇ ਬਿਲਕੁਲ ਦਿਨ ਰਾਤ ਜੁੜੀ। ਅਤੇ ਕਿਤੇ ਨਾ ਕਿਤੇ ਆ ਕੇ ਰੱਖੜੀ ਬੰਨ੍ਹਣ ਦਾ ਕੀ ਕਾਰਨ ਹੈ, ਆਓ ਤੁਹਾਨੂੰ ਜਾਣੂ ਵੀ ਕਰਾਉਂਦੇ, ਗੱਲਬਾਤ ਕਰਦੇ ਹਾਂ ਉਹਨਾਂ ਮਹਿਲਾਵਾਂ ਜਿਹੜੀ ਵਰਕਰ ਹੈਗੀਆਂ HIV ਅਤੇ ਏਡਸ ਕੰਟਰੋਲ ਜਿਹੜੇ ਡਿਪਾਰਟਮੈਂਟ ਵਿਭਾਗ ਦੀਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਤੁਸੀਂ ਭਗਵੰਤ ਮਾਨ ਨੂੰ ਜੀ, ਪੰਜਾਬ ਦੇ ਮੁੱਖ ਮੰਤਰੀ ਨੂੰ ਰੱਖੜੀ ਬੰਨ੍ਹਦੇ, ਕੀ ਸੰਦੇਸ਼ ਹੈ, ਕੀ ਆਪਣੀਆਂ ਮੰਗਾਂ, ਕੀ ਗੱਲਬਾਤ ਹੈ? ਸਤਿ ਸ਼੍ਰੀ ਅਕਾਲ। ਅਸੀਂ ਇਹੋ ਹੀ ਆਪਣੀ ਮੰਗ ਰੱਖਦੇ ਹਾਂ ਕਿ ਜਿਸ ਤਰ੍ਹਾਂ ਅਸੀਂ 20 ਸਾਲ ਤੋਂ ਸੇਵਾ ਨਿਭਾ ਰਹੇ ਹਾਂ, ਔਰ ਭਗਵੰਤ ਮਾਨ ਸਰਕਾਰ ਨੂੰ ਆਪਾਂ ਇਹੀ ਸੰਦੇਸ਼ਾਂ ਦੇਣੇ ਹਾਂ ਕਿ ਰੱਖੜੀ ਦੇ ਪਾਵਨ ਤਿਉਹਾਰ 'ਤੇ ਜਿੱਦਾਂ ਅਸੀਂ ਰੱਖੜੀ ਬੰਨ੍ਹ ਕੇ ਦੱਸਿਆ ਕਿ ਸਾਡੇ ਭਰਾ ਨੇ ਅਤੇ ਅਸੀਂ ਵੀ ਉਹਨਾਂ ਦੀਆਂ ਭੈਣਾਂ 'ਤੇ, ਇੱਕ ਭੈਣ ਭਰਾ ਦਾ ਜਦੋਂ ਪਾਵਨ ਰਿਸ਼ਤਾ ਹੁੰਦਾ ਵਾ ਉਹਨੂੰ ਨਿਭਾਉਂਦੇ ਹੋਏ, ਤਾਂ ਕਿ ਉਹ ਸਾਡੀਆਂ ਮੰਗਾਂ ਮੰਨਣ, ਅਤੇ ਭੈਣ ਇੱਕ ਮੰਗ ਕਰਦੀ ਹੈ ਰੱਖੜੀ ਦੇ ਤਿਉਹਾਰ 'ਤੇ, ਅਤੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ, ਔਰ ਜੋ ਸਾਡੀਆਂ ਮੰਗਾਂ ਨੇ ਜਿੱਦਾਂ 20% ਜਿਹੜਾ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਸਾਨੂੰ ਦੇਣ, ਔਰ ਸਾਨੂੰ ਵੀ ਕੁਛ ਹੱਕ ਮਿਲੇ, ਔਰ ਅਸੀਂ ਕੰਟਰੈਕਟ 'ਤੇ ਹਾਂ, ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹਾਂ, ਪਰ ਕੁਛ ਇੰਨਾ ਫਾਇਦਾ ਨਹੀਂ ਹੋ ਰਿਹਾ, ਘੱਟ ਤਨਖਾਹਾਂ 'ਚ ਆਪਾਂ ਰੈਗੂਲਰ ਕੰਮ ਕਰ ਰਹੇ ਹਾਂ ਔਰ ਇਮਾਨਦਾਰੀ ਨਾਲ ਹੀ ਕੰਮ ਕਰ ਰਹੇ ਹਾਂ। ਕੀ ਤੁਹਾਨੂੰ ਉਸ ਤੋਂ ਪਹਿਲਾਂ ਕੋਈ ਵਾਅਦੇ ਵੀ ਕੀਤੇ ਗਏ ਸੀ? ਸੁਣਿਆ ਤੁਹਾਨੂੰ ਵਾਅਦੇ ਵੀ ਕੀਤੇ ਗਏ ਸੀ ਨੌਕਰੀ ਪੱਕੀ ਕਰਨ ਵਾਸਤੇ?
ਸਰ ਸਾਡੀ ਜਦੋਂ ਮਾਨ ਸਰਕਾਰ ਜਦੋਂ ਇਲੈਕਸ਼ਨਸ ਹੋਏ ਸੀ ਅਸੀਂ ਕਿਤੇ ਵੀ ਜਾ ਕੇ ਕੋਈ ਪ੍ਰੋਟੈਸਟ ਨਹੀਂ ਕੀਤਾ, ਅਸੀਂ ਸਿਰਫ ਨਾ ਸੁਸ਼ੀਲ ਕੁਮਾਰ ਜੀ ਨੇ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰ ਨੇ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਸੀ ਕਿ ਅਸੀਂ 20% ਤੁਹਾਨੂੰ ਲੈ ਕੇ ਦੇਵਾਂਗੇ, ਕਿਉਂਕਿ ਜਿਹੜੀ ਆਮ ਆਦਮੀ ਸਰਕਾਰ ਦਿੱਲੀ 'ਚ ਹੈ ਨਾ ਉੱਥੇ ਉਹਨਾਂ ਨੇ ਜਿਹੜੇ ਪ੍ਰੋਮਿਸਿਸ ਕੀਤੇ ਸੀ ਉਹ ਕਹਿੰਦੇ ਸੇਮ ਅਸੀਂ ਇੱਥੇ ਵੀ ਉਹ ਲਾਗੂ ਕਰਾਂਗੇ। ਤਾਂ ਸਾਡੀ ਰਿਕੁਐਸਟ ਹੈ ਜੀ ਮਾਨ ਸਾਹਿਬ ਨੂੰ ਕਿ ਪਲੀਜ਼ ਉਹ ਸਾਨੂੰ ਦੁਬਾਰਾ ਮਤਲਬ ਉਹੀ ਚੀਜ਼ਾਂ ਨੂੰ ਲਾਗੂ ਕੀਤਾ ਜਾਵੇ, ਸਾਡੀਆਂ ਰੈਗੂਲਰ ਕੀਤੀਆਂ ਜਾਣ ਜੋਬਸ, ਅਤੇ ਜਿਹੜੀ ਅਸੀਂ ਦੇਖੋ ਡੇਲੀ ਆਉਂਦੇ ਹਾਂ HCV HIV ਪਲੱਸ TB ਦੇ ਪੇਸ਼ੈਂਟਸ ਹੁੰਦੇ ਆ, ਡੇਲੀ ਦੇ 250-250 ਪੇਸ਼ੈਂਟ ਹੁੰਦਾ, ਅਸੀਂ ਆਪਣੀ ਸਰਵਿਸਿਜ਼ ਰੈਗੂਲਰ ਨਿਭਾ ਰਹੇ ਹਾਂ। ਅੱਜ ਵੀ ਤੁਸੀਂ ਦੇਖੋਗੇ ਉੱਧਰ ਸਟ੍ਰਾਈਕ 'ਤੇ ਬੈਠੇ ਨੇ ਬੰਦੇ, ਅਸੀਂ ਅੱਜ ਵੀ ਸੇਵਾ ਦੇ ਰਹੇ ਹਾਂ ਜੀ, ਅੱਜ ਵੀ ਪੇਸ਼ੈਂਟਸ ਇੱਥੋਂ ਇੱਦਾਂ ਨਹੀਂ ਜਾ ਰਹੇ, ਮੈਡੀਸਨ ਲੈ ਕੇ ਜਾ ਰਹੇ ਨੇ ਜੀ। ਅਤੇ ਬੇਨਤੀ ਹੈ ਜੀ ਮਾਨ ਸਰਕਾਰ ਨੂੰ ਸਾਨੂੰ ਰੈਗੂਲਰ ਕੀਤਾ ਜਾਵੇ, ਸਾਡੀਆਂ ਸਰਵਿਸਿਜ਼ ਨੂੰ ਕੰਟੀਨਿਊ ਕੀਤਾ ਜਾਵੇ ਅਤੇ ਬੰਦ ਨਾ ਹੋਣ ਜੀ। ਕਿੰਨੀ ਦੇਰ ਹੋ ਤੁਸੀਂ ਆਪਣੀਆਂ ਸਰਵਿਸ ਇਸ ਹਫ਼ਤਾ ਦੇ ਰਹੇ ਹੋ? ਸਰ 15-20 ਸਾਲ ਤੋਂ ਲੱਗੇ ਹੋਏ ਆ ਜੀ, 15-20 ਸਾਲ ਤੋਂ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਨੈਕੋ ਦਾ ਪ੍ਰੋਗਰਾਮ ਹੈ ਜੀ, ਪਰ ਸਰਵਿਸਿਜ਼ ਤਾਂ ਅਸੀਂ ਪੰਜਾਬ 'ਚ ਦੇ ਰਹੇ ਨੇ ਜੀ, ਪੇਸ਼ੈਂਟ ਅਸੀਂ ਪੰਜਾਬ ਦੇ ਦੇਖ ਰਹੇ ਹਾਂ। ਸਾਨੂੰ ਇਹ ਪ੍ਰੋਮਿਸ ਵੀ ਕੀਤਾ ਗਿਆ ਕਿ ਤੁਹਾਨੂੰ ਦਿੱਲੀ ਦੀ ਜਿਵੇਂ ਸੁਸ਼ੀਲ ਕੁਮਾਰ ਜੀ ਨੇ ਪ੍ਰੋਮਿਸ ਕੀਤਾ ਕਿ ਤੁਹਾਨੂੰ ਅਸੀਂ 20% ਵੀ ਦੇਵਾਂਗੇ, ਪਲੱਸ ਤੁਹਾਨੂੰ ਅਸੀਂ ਜਿਹੜੇ ਮਤਲਬ ਦਿਵਾਲੀ 'ਤੇ ਸਰ ਬੋਨਸ ਵਗੈਰਾ ਦਿੰਦੇ ਆ ਉਹ ਵੀ ਸਰ ਨਹੀਂ ਦਿੱਤਾ ਗਿਆ, ਉਹ ਵੀ ਪ੍ਰੋਮਿਸ ਇਹਨਾਂ ਨੇ ਕੀਤਾ ਸੀ ਕਿ ਅਸੀਂ ਤੁਹਾਨੂੰ ਉੱਦਾਂ ਹੀ ਦੇਵਾਂਗੇ। ਇੱਕ ਗੱਲ ਹੈ ਵੀ ਸੋਨੀ ਆਈ ਸੀ ਵੀ ਤੁਸੀਂ ਜਦੋਂ ਬਾਈ ਇਲੈਕਸ਼ਨ ਜਲੰਧਰ 'ਚ ਹੋਏ ਸੀ ਤੁਸੀਂ ਆਪ ਸਰਕਾਰ ਦਾ ਕੋਈ ਵਿਰੋਧ ਨਹੀਂ ਕੀਤਾ, ਉਲਟਾ ਤੁਸੀਂ ਕਾਫੀ ਸਪੋਰਟ? ਅਸੀਂ ਸਪੋਰਟ ਕੀਤੀ ਹੈ ਸਰ, ਹੁਣ ਵੀ ਸਪੋਰਟਰ ਹਾਂ ਜੀ, ਕਾਫੀ ਚੀਜ਼ਾਂ ਅਸੀਂ ਮਾਨ ਸਰਕਾਰ ਨੇ ਵਧੀਆ ਕੀਤੀਆਂ ਨੇ ਜੀ, ਜਿਵੇਂ ਹੁਣ MLA ਸੀਗੇ ਉਹਨਾਂ ਦੇ ਉਹਨਾਂ ਨੂੰ ਇਹਨਾਂ ਨੇ ਮਤਲਬ ਸਾਨੂੰ ਤਾਂ ਪੈਨਸ਼ਨ ਪਲਾਨ 'ਚ ਨਹੀਂ ਲਿਆ ਗਿਆ, ਪਰ ਉਹਨਾਂ ਦੀ ਵੀ ਇੱਕ ਇੱਕ ਪੈਨਸ਼ਨ ਕਰਕੇ ਸਰ ਉਹ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ। ਅੱਜ ਅਸੀਂ ਰੱਖੜੀ ਬੰਨ੍ਹੀ ਹੈ, ਕੀ ਲੱਗ ਰਿਹਾ? ਹਮੇਸ਼ਾ ਹੀ ਗੱਲ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਜਿੰਨੀਆਂ ਵੀ ਕੰਮ ਕਰਦੀਆਂ ਮਹਿਲਾਵਾਂ ਸਾਰੀਆਂ ਮੇਰੀਆਂ ਭੈਣਾਂ, ਔਰ ਖੁਦ ਜਾ ਕੇ ਉਹਨਾਂ ਨੂੰ ਹਾਲ ਚਾਲ ਵੀ ਪੁੱਛਦੇ, ਕੀ ਲੱਗ ਰਿਹਾ ਜਿਹੜਾ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਰੱਖੜੀ ਭੇਜ ਕੇ, ਬਿਲਕੁਲ ਹੁਣ ਇੱਕ ਭਰਾ ਦਾ ਵੀ ਉਹ ਜ਼ਿੰਮੇਵਾਰੀ ਜਲਦੀ ਨਿਭਾ ਸਕਦੇ? ਸਰ 100% ਅਸੀਂ ਸ਼ੋਰ ਹਾਂ ਜੀ ਜ਼ਰੂਰ ਨਿਭਾਉਣਗੇ ਉਹ, ਅਸੀਂ ਹੁਣ ਤੱਕ ਉਹਨਾਂ ਦੀ ਜੋ ਉਹਨਾਂ ਨੇ ਕੰਮ ਕੀਤੇ ਨਾ ਸਾਰੇ ਅਸੀਂ ਸਾਡੀ ਸਪੋਰਟ 'ਚ ਹੀ ਕੀਤੇ ਨੇ, ਅਸੀਂ ਚਾਹੁੰਦੇ ਹਾਂ ਕਿ ਹੁਣ ਵੀ ਉਹ ਅੱਗੇ ਇਹ ਵਾਅਦਾ ਪ੍ਰੋਮਿਸ ਸਾਡਾ ਪੂਰਾ ਕਰਨ 'ਚ। ਜਿਵੇਂ ਸਾਡੇ ਸਾਥੀਆਂ ਨੇ ਕਿਹਾ ਸੀ 20 ਸਾਲ ਤੋਂ ਆਪਾਂ ਉਸ ਜਿਹੜੀ ਨਾਮ ਰਾਜ ਕੋ ਅਸੀਂ ਕਿਹਾ ਸੀ ਕੁਛ ਇੱਦਾਂ ਦੀਆਂ ਬਿਮਾਰੀ ਹੁੰਦੀਆਂ ਇਹਦਾ ਨਾਮ ਲੋਕ ਸੁਣਦੇ ਹੀ, ਲੋਕਾਂ ਦੇ ਜਿਹੜੇ ਪਰਿਵਾਰ ਹੁੰਦੇ ਪੀੜਿਤ ਹੁਣ ਪਰਿਵਾਰ ਹੁੰਦੇ ਉਹਨਾਂ 'ਤੇ ਕੁਛ ਮੱਥੇ ਸ਼ਿਕਨ ਪੈਂਦੀ ਹੈ, ਦਿਲ ਦੇ ਵਿੱਚ ਹੌਲ ਪੈਂਦਾ ਵੀ ਸਾਡੇ ਮਰੀਜ਼ ਨੂੰ ਇਸ ਤਰ੍ਹਾਂ ਦੀ ਬਿਮਾਰੀ ਲੱਗੀ ਆ, ਤਾਂ ਤੁਸੀਂ ਨਿਰਵਿਘਨ ਸਰਵਿਸ ਦੇ ਰਹੇ ਹੋ ਉਹਨਾਂ ਪੇਸ਼ੈਂਟਾਂ ਦੀ ਜਿਹੜੀ ਨਾਮ ਰਾਜ ਬਿਮਾਰੀ ਵੀ ਹੁੰਦੀ ਹੈ, HIV ਹੋ ਗਈ ਜਾਂ ਏਡਸ ਵਗੈਰਾ ਹੋ ਗਿਆ, ਲੱਗ ਰਿਹਾ ਉਹ ਸਮਾਂ ਹੁਣ ਆ ਗਿਆ ਵੀ ਪੰਜਾਬ ਦੇ ਮੁੱਖ ਮੰਤਰੀ ਜਿਹੜੀ ਤੁਸੀਂ ਭੈਣਾਂ 20 ਸਾਲ ਤੋਂ ਸਰਵਿਸ ਕਰ ਗਈਆਂ ਤੁਹਾਨੂੰ ਪੱਕਾ ਕਰਨ ਦੇ ਬਿਲਕੁਲ ਉਸ ਦਰਵਾਜ਼ੇ ਤੱਕ ਪਹੁੰਚ ਜਾਊਗੇ? ਸਤਿ ਸ਼੍ਰੀ ਅਕਾਲ ਸਰ, ਲੱਗਦਾ ਤਾਂ ਬਹੁਤ ਕੁਛ ਹੈ, ਲੇਕਿਨ ਸਰ ਆਪਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਪਾਂ ਦੱਸਣਾ ਚਾਹੁੰਦੇ ਹਾਂ ਕਿ ਇੱਕ ਵਾਰੀ ਸਾਨੂੰ ਉਹ ਮੀਟਿੰਗ ਦੇ ਦੇਣ, ਮਤਲਬ ਕਈ ਵਾਰੀ ਅਸਾਂ ਗੱਲਾਂ ਇੱਥੇ ਬਹਿ ਕੇ ਕਲੀਅਰ ਨਹੀਂ ਉਹ ਚੀਜ਼ ਨੂੰ ਕਰ ਸਕਦੇ, ਅਸੀਂ ਕੁਛ ਕੁਛ ਗੱਲਾਂ ਮਤਲਬ ਤੁਹਾਡੇ ਮਾਧਿਅਮ ਰਾਹੀਂ ਪਹੁੰਚਾ ਰਹੇ ਹਾਂ, ਲੇਕਿਨ ਜੇ ਉਹ ਸਾਨੂੰ ਮੀਟਿੰਗ ਦੇ ਦੇਣ ਤਾਂ ਅਸੀਂ ਅੱਛੇ ਤਰੀਕੇ ਨਾਲ ਉਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਸਾਨੂੰ ਕੀ ਪ੍ਰੋਬਲਮਸ ਆ ਰਹੀਆਂ, ਸਾਡੇ ਨਾਲ ਕੀ ਹੋ ਰਿਹਾ, ਅਸੀਂ ਕਿੰਨੇ ਕਿੰਨੇ ਟਾਈਮ ਤੋਂ ਜੋਬ ਕਰ ਰਹੇ ਹਾਂ, ਔਰ ਸਾਨੂੰ ਕਿੰਨੀ ਕੁ ਨੀਡ ਹੈਗੀ ਹੈ, ਅਸੀਂ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਸਾਡੀ
ਗੱਲ ਵੀ ਸੁਣਨਗੇ ਅਤੇ ਉਹ ਮੰਨਣਗੇ ਵੀ। ਅਤੇ ਇੱਕ ਬੇਨਤੀ ਹੈ ਕਿ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਉਹਨਾਂ ਤੱਕ ਗੱਲ ਪਹੁੰਚਾਓ ਕਿ ਪਲੀਜ਼ ਸਾਡੀਆਂ ਏਡਸ ਕੰਟਰੋਲ ਸੁਸਾਇਟੀ ਵਾਲੇ ਪਲੱਸ ਟੀ ਬੀ ਡਿਪਾਰਟਮੈਂਟ ਵਾਲੇ OST ਵਾਲੇ ਜਿਹੜੇ IDU ਨੂੰ ਬਹੁਤ ਅੱਛੇ ਤਰੀਕੇ ਨਾਲ ਡੀਲ ਕਰ ਰਹੇ ਨੇ, ਜਿਹੜੇ ਅੱਜ ਕੱਲ੍ਹ ਬੱਚੇ ਨਸ਼ਾ ਕਰ ਰਹੇ ਨੇ, ਬਹੁਤ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਬਹੁਤ ਜ਼ਿਆਦਾ ਇਹਦੇ ਵਿੱਚ ਡੁੱਬ ਗਈ ਹੈ, ਅਤੇ ਉਹਨਾਂ ਨੂੰ ਬਚਾਉਣ ਵਾਸਤੇ ਸਾਡੇ ਕਾਫੀ ਇੰਪਲੋਈਜ਼ ਹੈਲਪ ਕਰ ਰਹੇ ਨੇ ਔਰ ਕਾਉਂਸਲਿੰਗ ਕਰਦੇ ਆ ਉਹਨਾਂ ਦੀ। ਜਿਹੜੇ ਪੇਸ਼ੈਂਟ ਆਉਂਦੇ ਆ ਨਾ ਨਸ਼ੇ ਵਾਲੇ, ਕਈ ਮੁੰਡੇ ਅਸੀਂ ਤੁਹਾਨੂੰ ਮਿਲਾ ਵੀ ਦੇਵਾਂਗੇ ਜਿਨ੍ਹਾਂ ਨੇ ਸਾਡੇ ਕਹਿਣ 'ਤੇ ਨਸ਼ੇ ਛੱਡੇ ਆ। ਸਾਡੇ ਅਸੀਂ ਸਾਰੇ ਨਾ ਮਦਰਸ ਦੀ ਤਰ੍ਹਾਂ ਜਿਵੇਂ ਭੈਣਾਂ ਦੀ ਤਰ੍ਹਾਂ ਡੀਲ ਕਰਦੇ ਹਾਂ ਪੇਸ਼ੈਂਟ ਨੂੰ, ਉਹਨੂੰ ਪੂਰੀ ਕਾਉਂਸਲਿੰਗ ਕਰੀ ਦੀ ਹੈ ਘੰਟਾ ਡੇਢ ਘੰਟਾ ਕਿ ਤੁਸੀਂ ਪਲੀਜ਼ ਇਹ ਨਸ਼ੇ 'ਚੋਂ ਨਿਕਲੋ, ਔਰ ਕਾਫੀ ਮੰਨਦੇ ਵੀ ਨੇ ਸਰ। ਜੇ ਸਾਨੂੰ ਸਰ ਉਹ ਤੁਹਾਡੇ ਮਾਧਿਅਮ ਰਾਹੀਂ ਜੇ ਸਾਨੂੰ ਮੀਟਿੰਗ ਇੱਕ ਮਿਲ ਜਾਂਦੀ ਹੈ ਤਾਂ ਬਹੁਤ ਅੱਛੇ ਤਰੀਕੇ ਨਾਲ ਅਸੀਂ ਇਹਨੂੰ ਆਪਾਂ ਮਾਨ ਸਾਹਿਬ ਨੂੰ ਦੱਸ ਸਕਦੇ ਹਾਂ, ਅਤੇ ਪਲੀਜ਼ ਤੁਸੀਂ ਰਿਕੁਐਸਟ ਹੈ ਕਿ ਤੁਸੀਂ ਇੱਕ ਮੀਟਿੰਗ ਰੱਖਣ ਦਾ ਤੁਸੀਂ। ਹਾਂ, ਜਿਸ ਤਰ੍ਹਾਂ ਗੱਲ ਕੀਤੀ ਵੀ ਤੁਹਾਡੀ ਕਾਉਂਸਲਿੰਗ ਨਾ ਹੀ ਕਾਫੀ ਜਿਹੜੇ ਨਸ਼ੇ ਦੇ ਦਲ ਦਾ ਜਿਹੜੇ ਨੌਜਵਾਨ ਦਲ ਹੈ, ਤੁਹਾਡੀ ਕਾਉਂਸਲਿੰਗ ਨਾਲ ਕਾਫੀ ਲੋਕਾਂ ਨੇ ਸੁਧਾਰ ਹੋਇਆ ਨੌਜਵਾਨਾਂ ਦੇ ਵਿੱਚ ਲੱਗ ਰਿਹਾ ਵੀ ਕਾਫੀ ਆਉਣ ਵਾਲੇ ਸਮੇਂ ਦੇ ਵਿੱਚ ਨਸ਼ੇ ਦਾ ਗ੍ਰਾਫ ਹੋਰ ਘੱਟ, ਤੁਹਾਡੀ ਕਾਉਂਸਲਿੰਗ ਤੁਹਾਡੇ ਜਿਹੜਾ ਤੁਸੀਂ ਇੱਕ ਸਰਵਿਸ ਦੇ ਰਹੇ ਹੋ ਨਿਸਵਾਰ ਦੇ ਰਹੇ ਹੋ ਅਤੇ ਹਿਊਮੈਨਿਟੀ ਵਾਸਤੇ ਕੰਮ ਕਰ ਰਹੇ ਹੋ, ਲੱਗ ਰਿਹਾ ਵੀ ਮਾਸਕਾਰ ਹੁਣ ਤੁਹਾਡੀ ਗੱਲ ਜਲਦੀ ਸੁਣ ਕੇ ਉਹ ਤੁਹਾਨੂੰ ਰੱਖੜੀ ਵੱਡਾ ਤੋਹਫ਼ਾ ਦੇ ਸਕਦੇ। ਸਰ ਐਕਚੁਲੀ ਜਿੱਦਾਂ ਅਸੀਂ ਕਾਉਂਸਲਿੰਗ ਕਰਦੇ ਹਾਂ ਪੇਸ਼ੈਂਟ ਦੀ, ਤਾਂ ਪੇਸ਼ੈਂਟ ਕਾਉਂਸਲਿੰਗ ਮਤਲਬ ਇਫੈਕਟਿਵ ਹੁੰਦੀ ਹੈ ਸਾਡੀ ਕਾਉਂਸਲਿੰਗ ਕਾਫੀ। ਪੇਸ਼ੈਂਟ ਸਾਡੇ ਕੋਲ ਆਉਂਦੇ ਨੇ, ਉਹਨਾਂ ਦੇ ਪੇਰੈਂਟਸ ਸਾਨੂੰ ਥੈਂਕਸ ਕਰਦੇ ਨੇ ਕਿਉਂਕਿ ਅਸੀਂ ਉਹਨਾਂ ਨੂੰ ਨਸ਼ਾ ਛਡਵਾ ਰਹੇ ਹਾਂ। ਕਿੰਨੇ ਪੇਸ਼ੈਂਟ ਅਸੀਂ ਤੁਹਾਨੂੰ ਪ੍ਰੈਕਟੀਕਲੀ ਦਿਖਾ ਵੀ ਦੇਵਾਂਗੇ ਕਿ ਪੇਸ਼ੈਂਟ ਨਸ਼ਾ ਛੱਡ ਰਹੇ ਨੇ, ਸਾਡੇ ਕੋਲ ਹੁਣ ਠੀਕ ਹੋ ਕੇ ਵਾਪਸ ਆ ਰਹੇ ਨੇ, ਅਤੇ ਕਿਤੇ ਨਾ ਕਿਤੇ ਕਾਉਂਸਲਿੰਗ ਕੰਮ ਕਰ ਰਹੀ ਹੈ ਨਾ, ਇਫੈਕਟਿਵ ਹੈਗੀ ਹੈ ਕਾਉਂਸਲਿੰਗ। ਅਤੇ ਮਾਨ ਸਰਕਾਰ ਨੂੰ ਇਸ ਚੀਜ਼ ਲਈ ਵੀ ਸਾਨੂੰ ਸਾਡੇ ਵੱਲ ਦੇਖਣਾ ਚਾਹੀਦਾ ਹੈ ਕਿ ਕਾਉਂਸਲਿੰਗ ਕਿਤੇ ਨਾ ਕਿਤੇ ਪਾਰਟ ਅਦਾ ਕਰ ਰਹੀ ਹੈ ਆਈਡੀਜ਼ ਲਈ ਵੀ, ਜੇ ਆਈਡੀਜ਼ ਵੱਧਦੇ ਜਾ ਰਹੇ ਨੇ, ਨਸ਼ਾ ਵੱਧਦਾ ਜਾ ਰਿਹਾ ਹੈਗਾ, ਤਾਂ ਨਸ਼ੇ ਲਈ ਅਸੀਂ ਕਿੰਨੀ ਮੁਹਿੰਮ ਚਲਾ ਰਹੇ ਹਾਂ ਕਿ ਅਸੀਂ ਪੇਸ਼ੈਂਟ ਨੂੰ ਉਸ ਚੀਜ਼ ਤੋਂ ਟਰੈਕ ਚੇਂਜ ਕਰਕੇ ਇੱਕ ਅੱਛੀ ਲਾਈਫ ਦੇ ਰਹੇ ਹਾਂ ਪੇਸ਼ੈਂਟ ਨੂੰ, ਹੈ ਨਾ। ਅਤੇ ਇਹ ਚੀਜ਼ ਸਾਰੀ ਜਿਸ ਤਰ੍ਹਾਂ ਵਾਲੇ ਸਾਥੀ ਨੇ ਕਿਹਾ ਵੀ ਕਾਫੀ ਕਾਉਂਸਲਿੰਗ ਬਹੁਤ ਫਰਕ ਪਿਆ, ਕਾਫੀ ਮਰੀਜ਼ਾਂ 'ਚ ਸੁਧਾਰ ਹੋ ਗਿਆ, ਔਰ ਜਿਹੜਾ ਖੈਰ ਪੁਲਿਸ ਵੀ ਆਪਣਾ ਦਾਇਤਵ ਪੂਰਾ ਨਿਭਾ ਰਹੀ ਹੈ, ਲੇਕਿਨ ਤੁਸੀਂ ਇੱਕ ਐਜ਼ ਏ ਭੈਣਾਂ ਜਾਂ ਮਾਵਾਂ ਬਣ ਕੇ ਜਾਣੀ ਕਾਉਂਸਲਿੰਗ ਕੇ ਉਹਨਾਂ ਨੌਜਵਾਨਾਂ ਨੂੰ ਨਸ਼ੇ ਦਲ ਕੱਢ ਕੇ ਉਹਨਾਂ ਨੂੰ ਇੱਕ ਨਈ ਜ਼ਿੰਦਗੀ ਪਰਿਵਾਰ ਨਾਲ ਦਿੰਦੇ ਹੋ, ਲੱਗ ਰਿਹਾ ਵੀ ਇੱਕ ਬਹੁਤ ਵੱਡਾ ਮੈਸੇਜ ਜਾ ਸਕਦਾ ਆਮ ਉਹਨਾਂ ਪਰਿਵਾਰਾਂ ਤੱਕ ਵੀ, ਪੰਜਾਬ ਦੇ ਸਾਰੇ ਯੂਥ ਤੱਕ ਵੀ, ਔਰ ਇਸ ਮੈਸੇਜ ਦਾ ਪੰਜਾਬ ਸਰਕਾਰ ਦਾ ਵੀ ਅਸਰ ਜਲਦੀ ਹੋ ਸਕਦਾ, ਤੁਹਾਡੀ ਨੌਕਰੀਆਂ ਜਿਹੜੀਆਂ ਉਹ ਜਲਦੀ ਬਹਾਲ ਹੋ। ਸਰ ਦੇਖੋ, ਜਿਵੇਂ ਹੁਣ ਰਕਸ਼ਾ ਬੰਧਨ ਆ ਰਿਹਾ ਨਾ, ਤਾਂ ਇੱਕ ਭੈਣ ਨੇ ਆਪਣੇ ਭਰਾ ਨੂੰ ਬੜੇ ਵਿਸ਼ਵਾਸ ਨਾਲ ਰੱਖੜੀ ਬੰਨ੍ਹੀ ਹੈ ਕਿ ਤੁਸੀਂ ਮੇਰੀ ਰਕਸ਼ਾ ਕਰਨੀ ਆ। ਅਸੀਂ ਸਾਰੀਆਂ ਭੈਣਾਂ ਵਾਂ, ਅਸੀਂ ਇਹ ਆਸ ਕਰਦੇ ਹਾਂ ਭਗਵੰਤ ਸਰ ਨੂੰ ਕਿ ਸਾਡੀ ਜੋਬ ਨੂੰ ਸਿਕਿਓਰ ਉਹਨਾਂ ਨੇ ਕਰਨਾ ਵਾ, ਠੀਕ ਆ। ਅਤੇ ਸਾਡੀ ਜਿੱਦਾਂ ਹੁਣ COVID-19 ਵਿੱਚ ਅਸੀਂ ਡਿਊਟੀ ਕਰਦੇ ਰਹੇ, ਰਾਤ ਦੇ 8-8 ਵਜੇ ਤੱਕ ਅਸੀਂ ਡਿਊਟੀ ਕੀਤੀ ਆ। ਉਹਨਾਂ ਨੂੰ ਕਾਉਂਸਲਿੰਗ ਆਪਣੀ ਡਿਊਟੀ ਨਿਭਾਉਂਦੇ ਸਰ, ਅਸੀਂ ਖੁਦ ਕੋਵਿਡ ਪੋਜ਼ਿਟਿਵ ਹੋ ਗਏ ਸੀਗੇ, ਸਾਤੋਂ ਇਨਫੈਕਸ਼ਨ ਸਾਡੇ ਘਰ ਜਿਹੜੇ ਨਿੱਕੇ ਬੱਚੇ ਸੀ ਉਹਨਾਂ ਨੂੰ ਹੋ ਗਈ ਸਰ। ਮਤਲਬ ਸਾਡੀ ਪੂਰੀ ਫੈਮਿਲੀ ਡਿਸਟਰਬ ਹੁੰਦੀ ਰਹੀ, ਪਰ ਅਸੀਂ ਆਪਣੀ ਜਿਹੜੀ ਹਰ ਇੱਕ ਡਿਊਟੀ ਸਾਡੀ ਲੱਗਦੀ ਅਸੀਂ ਬੜੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਈ, ਹੈ ਨਾ। ਉਸ ਟਾਈਮ ਸਾਨੂੰ ਪ੍ਰੋਮਿਸ ਕੀਤਾ ਗਿਆ ਸੀਗਾ ਕਿ ਤੁਹਾਨੂੰ ਅਸੀਂ ਇਸ ਤਰ੍ਹਾਂ ਦੀ ਸਹੂਲਤ ਦੇਵਾਂਗੇ, ਇੱਦਾਂ ਫੈਸਿਲਿਟੀ ਦੇਵਾਂਗੇ। ਮਤਲਬ ਸਾਡੇ ਨਾਲ ਪ੍ਰੋਮਿਸ ਤਾਂ ਬਹੁਤ ਹੋ ਜਾਂਦੇ ਆ, ਲੇਕਿਨ ਉਸ ਗੱਲ ਨੂੰ ਪੂਰਾ ਨਹੀਂ ਕੀਤਾ ਜਾਂਦਾ, ਕਿਉਂਕਿ ਦੇਖੋ ਸਾਡੀ ਵੀ ਫੈਮਿਲੀ ਆ, ਸਾਡੇ ਵੀ ਛੋਟੇ ਬੱਚੇ ਆ ਨਾ। ਮਤਲਬ ਥੋੜ੍ਹਾ ਜਿਹਾ ਭਗਵੰਤ ਸਰ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਵਾ। ਬਾਕੀ ਜਦੋਂ ਅਸੀਂ ਕਾਉਂਸਲਿੰਗ ਕਰਦੇ ਹਾਂ ਕਿਸੇ ਪੇਸ਼ੈਂਟ ਦੀ, ਈਵਨ ਸਾਡੇ ਕੋਲ ਆ ਕੇ ਸਿੱਧਾ ਕਹਿੰਦੇ ਕਿ ਅਸੀਂ ਸੁਸਾਈਡ ਕਰਨਾ, ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਮੈਨੂੰ HIV ਹੋ ਗਿਆ, ਮੈਂ ਇਹ ਲਾਈਨ 'ਚ ਆ ਗਿਆ। ਸਰ ਸਾਨੂੰ ਪਤਾ ਕਿ ਕਿੱਦਾਂ ਅਸੀਂ ਉਹਦੀ ਨੈਗੇਟਿਵਿਟੀ ਨੂੰ ਕੱਢ ਕੇ ਅਸੀਂ ਉਹਦੀ ਫੈਮਿਲੀ ਦੀ ਉਹਦੀ ਵੈਲਿਊ ਦੱਸ ਸਕੀਏ, ਅਸੀਂ ਉਹਨੂੰ ਮਤਲਬ ਬੜੇ ਅੱਛੇ ਟਰੈਕ 'ਤੇ ਲੈ ਕੇ ਆ ਰਹੇ ਹਾਂ, ਜਿਹਦੇ ਨਾਲ ਕਿ ਉਸ ਤੋਂ ਬਾਅਦ ਆਫਟਰ ਕਾਉਂਸਲਿੰਗ ਸਰ ਉਹ ਬੜੀ ਅੱਛੀ ਆਪਣੀ ਲਾਈਫ ਨੂੰ ਸਪੈਂਡ ਕਰਦਾ, ਆਪਣੀ ਫੈਮਿਲੀ ਨੂੰ ਕੇਅਰ ਕਰਦਾ, ਹੈ ਨਾ। ਅਸੀਂ ਮਤਲਬ ਆਪਣਾ ਕੰਮ ਤਾਂ ਕਰਦੇ ਕਰਦੇ ਨਾਲ ਅਸੀਂ ਦੁਆਵਾਂ ਵੀ ਲੈ ਰਹੇ ਹਾਂ ਕਿ ਜਦੋਂ ਇੱਕ ਮਦਰ ਦਾ ਇੱਕ ਬੱਚਾ ਬਚਦਾ ਜਾਂ ਇੱਕ ਫਾਦਰ ਕਿਸੇ ਦਾ, ਹੈ ਨਾ, ਉਹਦੇ ਛੋਟੇ ਭੈਣ ਭਰਾ ਜਾਂ ਜੋ ਵੀ ਉਹਦਾ ਰਿਲੇਟਿਵ ਹੈਗਾ, ਕਿ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਕਹਿੰਦਾ ਕਿ ਮੈਂ ਸੁਸਾਈਡ ਕਰਨਾ, ਉਸ ਚੀਜ਼ ਤੋਂ ਨਿਕਲ ਕੇ ਆਪਣੀ ਫੈਮਿਲੀ ਦੀ ਕੇਅਰ ਬਹੁਤ ਅੱਛੇ ਢੰਗ ਨਾਲ ਕਰਦਾ, ਇੱਕ
ਹੈਪੀ ਲਾਈਫ ਸਾਰੇ ਜਿਉਂਦੇ ਨੇ, ਮਤਲਬ ਸਾਨੂੰ ਬਹੁਤ ਅੱਛਾ ਫੀਲ ਹੋ ਰਿਹਾ ਸਰ। ਅਸੀਂ ਦਿਨ ਰਾਤ ਸਾਰੀ ਜਿੰਨੀਆਂ ਵੀ ਮੇਰੀਆਂ ਭੈਣਾਂ ਖੜੀਆਂ ਨੇ, ਮਤਲਬ ਸਾਰੇ ਅਸੀਂ ਬੜੀ ਇੱਛੇ ਜ਼ਿੰਮੇਵਾਰੀ ਦੇ ਨਾਲ ਆਪਣੀ ਜੋੜੀ ਨਿਭਾਉਂਦੇ ਹਾਂ, ਲੇਕਿਨ ਇਹ ਆ ਵੀ ਉਸ ਚੀਜ਼ ਦਾ ਮਤਲਬ ਸਾਨੂੰ ਵੀ ਨੀਡਸ ਨੇ, ਹੈ ਨਾ ਵੀ ਸਾਡੀ ਜੋਬ ਨੂੰ ਸਿਕਿਓਰ ਕੀਤਾ ਜਾਵੇ। ਈਵਨ ਅਸੀਂ ਨਿਊਜ਼ 'ਚ ਦੇਖਦੇ ਹਾਂ ਸਾਨੂੰ ਤਾਂ HIV ਡਿਪਾਰਟਮੈਂਟ ਦਾ ਕੋਈ ਵੀ ਨੇੜੇ ਤੇੜੇ ਲੱਗਦਾ ਕੁਛ ਹੁੰਦਾ ਹੀ ਨਹੀਂ ਆ, ਮਤਲਬ ਬਾਕੀ ਜਿਵੇਂ ਹੁਣ ਰੱਖੜੀ ਆਉਣੀ ਆ ਨਾ, ਜਿਹੜੇ ਰੈਗੂਲਰ ਨੇ ਉਹਨਾਂ ਨੂੰ ਕੁਛ ਨਾ ਕੁਛ ਬੋਨਸ ਵਗੈਰਾ ਕੋਈ ਨਾ ਕੋਈ ਬਹੁਤ ਅੱਛੀ ਮਤਲਬ ਉਹਨਾਂ ਨੂੰ ਸਕੀਮ ਮਿਲ ਜਾਂਦੀ ਆ, ਲੇਕਿਨ ਸਾਡੇ ਬਾਰੇ ਕੁਛ ਨਹੀਂ ਸੋਚਿਆ ਜਾਂਦਾ। ਜਦੋਂ ਕਿ ਅਸੀਂ ਸਰ ਸਵੇਰ ਤੋਂ ਲੈ ਕੇ ਮਤਲਬ 3 ਵਜੇ ਤੱਕ ਸਾਰੀ ਓਪਟ ਹੀ ਕਰਦੇ ਪਏ ਹਾਂ, ਹੁਣ ਅੱਜ ਦਿਨ ਲੈ ਲਓ ਅੱਜ ਸਾਡੇ ਡਾਕਟਰ ਸਾਹਿਬ ਦੀ ਸਟ੍ਰਾਈਕ ਆ, ਲੇਕਿਨ ਤੁਸੀਂ ਬਿਲੀਵ ਕਰੋਗੇ ਸਾਡਾ 400 ਪੇਸ਼ੈਂਟ ਜਿਹੜਾ ਵਾ ਅਸੀਂ ਸਾਰਾ ਇਕੱਲੇ ਹੈਂਡਲ ਕਰਦੇ ਪਏ ਹਾਂ, ਬੜੇ ਅੱਛੇ ਤਰੀਕੇ ਨਾਲ ਅਸੀਂ ਸਾਰਾ ਕੰਮ ਕਰਦੇ ਪਏ ਹਾਂ। ਕਦੀ ਲੱਗਿਆ ਤੁਹਾਨੂੰ ਵੀ ਜਿਹੜੇ ਬਾਕੀ ਵੀ ਤੁਹਾਡੇ ਪੈਰਾਮੈਡੀਕਲ ਜਾਂ ਡਾਕਟਰ ਸਟ੍ਰਾਈਕ 'ਤੇ ਜਾਂਦੇ ਆ, ਸਰਕਾਰ ਦੇ ਅਗੇਂਸਟ ਵੀ ਜਾਂਦੇ ਆ, ਤੁਹਾਡਾ ਕਦੀ ਮਨ ਕੀਤਾ ਵੀ ਚਲੋ ਅਸੀਂ ਵੀ ਸਰਕਾਰ ਦੇ ਅਗੇਂਸਟ ਚੱਲਦੇ ਹਾਂ, ਸਟ੍ਰਾਈਕ 'ਤੇ ਬਹਿੰਦੇ ਹਾਂ, ਧਰਨੇ ਲਗਾਉਂਦੇ ਅਤੇ ਕੀ ਪਤਾ ਸਾਡੀ ਸਰਕਾਰ ਸੁਣੇ, ਕਦੀ ਤਾਂ ਕਦੀ ਮਨ ਤੁਹਾਡਾ ਕੀਤਾ ਕਦੀ ਨਹੀਂ? ਸਰ ਨਹੀਂ, ਮਨ ਤਾਂ ਚਲੋ ਅਸੀਂ ਵੀ ਹਿਊਮਨ ਆ ਸਰ, ਕਰਦਾ, ਪਰ ਸਾਨੂੰ ਬਹੁਤ ਮਤਲਬ ਟਰੱਸਟ ਕਰਦੇ ਅਸੀਂ ਭਗਵੰਤ ਸਰ 'ਤੇ, ਵਿਸ਼ਵਾਸ ਆ ਸਾਨੂੰ, ਕਿਉਂਕਿ ਜਦੋਂ ਦੇ ਉਹ ਆਏ ਉਹਨਾਂ ਨੇ ਇੰਨੇ ਅੱਛੇ ਅੱਛੇ ਪਲਾਨਸ ਆਈਡੀਏ, ਹੈ ਨਾ, ਬੜੇ ਅੱਛੇ ਮਤਲਬ ਸਹੂਲਤਾਂ ਉਹਨਾਂ ਨੇ ਸਾਰੇ ਲੋਕਾਂ ਨੂੰ ਦਿੱਤੀਆਂ ਨੇ, ਸਾਡੇ ਨਾਲ ਕਿਹੜਾ ਉਹਨਾਂ ਦਾ ਕੋਈ ਬੈਰ ਆ, ਹੈ ਨਾ, ਸਾਡੇ ਵੀਰ ਜੀ ਨੇ ਸਾਨੂੰ ਪੂਰੀ ਆਸ ਆ ਕਿ ਸਾਡੀ ਉਮੀਦਾਂ 'ਤੇ ਉਹ ਖਰੇ ਉਤਰਨਗੇ ਅਤੇ ਸਾਡੀ ਜੋ ਵੀ ਸਾਡੇ ਗੋਲ ਆ ਜਾਂ ਸਾਨੂੰ ਜੋ ਵੀ ਚਾਹੀਦਾ ਸਾਨੂੰ ਜ਼ਰੂਰ ਕੰਪਲੀਟ ਕਰਨਗੇ, ਕਿਉਂਕਿ ਰੱਖਿਆ ਬੰਧਨ ਇੱਕ ਵਿਸ਼ਵਾਸ ਆ ਸਰ ਮੇਰਾ ਵੀ ਔਰ ਮੇਰੇ ਨਾਲ ਦੇ ਸਟਾਫ ਦਾ ਵੀ ਕਿ ਸਾਡੇ ਵੀਰ ਜੀ ਮਤਲਬ ਇਸ ਵਾਰ ਰੱਖੜੀ 'ਤੇ ਸਾਨੂੰ ਬੜਾ ਅੱਛਾ ਗਿਫਟ ਦੇਣਗੇ। ਥੈਂਕ ਯੂ ਸੋ ਮਚ। ਸੋ ਬਿਲਕੁਲ ਇੱਕ ਬਹੁਤ ਵੱਡਾ ਮੈਸੇਜ ਵੀ ਆ ਆਮ ਜਨਤਾ ਵਾਸਤੇ ਵੀ ਆ, ਜਿਹੜੇ ਇਹ HIV/AIDS ਅਤੇ ਜਿਹੜੇ TB ਡਿਪਾਰਟਮੈਂਟ ਦੀਆਂ ਮਹਿਲਾਵਾਂ ਹੈ ਜਿਹੜੀਆਂ ਉਹਨਾਂ ਮਰੀਜ਼ਾਂ ਨੂੰ ਨਸ਼ਿਆਂ ਦੇ ਦਲਦਲ ਕੱਢ ਕੇ ਇੱਕ ਬਹੁਤ ਵੱਡੀ ਜ਼ਿੰਦਗੀ ਵੀ ਦਿੱਤੀ ਹੈ ਅਤੇ ਕਾਫੀ ਸਬੂਤ ਵੀ ਰਹੇ ਆ, ਕਿਤੇ ਨਾ ਕਿਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਹਲੀਮੀ ਨਾ ਔਰ ਇੱਕ ਭੈਣਾਂ ਵਰਗਾ, ਇੱਕ ਭਰਾ ਭੈਣ ਭਰਾ ਦਾ ਇੱਕ ਰਿਸ਼ਤਾ ਵਾਂਗੂ ਇੱਕ ਰੱਖੜੀ ਬਣ ਕੇ ਉਹਨਾਂ ਦੀ ਫੋਟੋ ਦੇ ਉੱਤੇ ਇੱਕ ਵੱਡਾ ਮੈਸੇਜ ਦਿੱਤਾ ਵੀ ਸਾਡੀਆਂ ਨੌਕਰੀ ਜਿਹੜੀ 20 ਸਾਲ ਤੋਂ ਅਸੀਂ ਕੰਮ ਕਰ ਰਹੀਆਂ ਔਰ ਉਸ ਨਾ ਮੁਰਾਦ ਬਿਮਾਰੀਆਂ ਤੋਂ ਉਹਨਾਂ ਨੌਜਵਾਨਾਂ ਨੂੰ ਕੱਢ ਕੇ ਉਹਨਾਂ ਦੇ ਪਰਿਵਾਰਾਂ ਵਿੱਚ ਬਿਠਾ ਕੇ ਅੱਜ ਤੰਦਰੁਸਤ ਉਹ ਜਿਹੜੇ ਲੋਕ ਹੈ ਆਪਣੀ ਜ਼ਿੰਦਗੀ ਜੀ ਰਹੇ ਆ, ਕਿਤੇ ਨਾ ਕਿਤੇ ਬਹੁਤ ਵੱਡਾ ਦਾਇਤਵ ਇਹਨਾਂ ਮਹਿਲਾਵਾਂ ਦਾ, ਉਹਨਾਂ ਜਿਹੜੇ HIV ਡਿਪਾਰਟਮੈਂਟ ਦਾ ਔਰ AIDS ਡਿਪਾਰਟਮੈਂਟ TB ਡਿਪਾਰਟਮੈਂਟ 'ਚ ਸਰਕਾਰੀ ਹਸਪਤਾਲਾਂ 'ਚ ਆਪਣਾ ਦਾਇਤਵ ਨਿਭਾ ਰਹੇ ਆ, ਨੌਕਰੀ ਤਨਦੇਹੀ ਨਾਲ ਨਿਭਾ ਰਹੇ ਆ, ਤਾਂ ਗੱਲ ਆਖੀ ਗਈ ਸੀ ਵੀ ਕਰੋਨਾ ਸਮੇਂ ਵੇਲੇ ਵੀ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਉਹਨਾਂ ਨੂੰ ਆਪ ਖੁਦ ਕਰੋਨਾ ਪੋਜ਼ੀਟਿਵ ਹੋ ਗਏ ਉਸਦੇ ਬਾਵਜੂਦ ਉਹਨਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਤਨਦੇਹੀ ਨੇ ਨਿਭਾਈ, ਤਾਂ ਇੱਕ ਵੱਡੀ ਉਮੀਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ, ਜਿਹੜੇ HIV ਅਤੇ AIDS ਅਤੇ TB ਡਿਪਾਰਟਮੈਂਟ ਦੀਆਂ ਮਹਿਲਾਵਾਂ ਜਿਹੜੀ 20 ਸਾਲ ਤੋਂ ਕੰਮ ਕਰਦੀਆਂ ਉਹਨਾਂ ਦੀ ਜਿਹੜੀ ਨੌਕਰੀ ਨੂੰ ਸੁਰੱਖਿਅਤ ਕੀਤਾ ਜਾਵੇ, ਤਾਂ ਬੜੀ ਉਮੀਦ ਨਾਲ ਅੱਜ ਸਰਦਾਰ ਭਗਵੰਤ ਸਿੰਘ ਮਾਨ ਨੂੰ ਰੱਖੜੀ ਦੇ ਸੰਦੇਹ ਵਿੱਚ ਆਪਣਾ ਇੱਕ ਮੈਸੇਜ ਦੇ ਰਹੇ ਹੈ। ਕੈਮਰਾਮੈਨ ਬੋਬੀਨਾ, ਸੰਦੀਪ ਸ਼ਰਮਾ, ਜੈਨੀਫਰ TV, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।